ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੋਰ ਕਿੱਦਾਂ, ਸਾਰੇ ਠੀਕ ਠਾਕ ਹੋ? ਵੈਲਕਮ ਟੂ ਮਾਈ ਚੈਨਲ ਨੀਨਾ ਯੂਕੇ। ਅਤੇ ਮੇਰੀ ਕੰਡੀਸ਼ਨ ਨੂੰ ਇੱਕ ਵਾਰ ਫਿਰ ਥੋੜ੍ਹਾ ਜਿਹਾ ਇਗਨੋਰ ਕਰਿਓ, ਕਿਉਂਕਿ ਮੈਂ ਕੰਮ 'ਤੇ ਆਇਆ ਹੋਇਆ ਸੀਗਾ ਅਤੇ ਕੰਮ 'ਤੇ ਆਉਣ ਕਰਕੇ ਤੁਹਾਨੂੰ ਪਤਾ ਹੀ ਹੈ, ਫਿਰ ਕੱਪੜੇ ਅਤੇ ਸਿਰ 'ਤੇ ਹੈਲਮਟ ਲਿਆ ਸੀ। ਹੁਣੇ ਸੋਚਿਆ ਕਿ ਹੁਣੇ ਮੇਰੇ ਕੋਲ ਜੇ 5 ਕੁ 10 ਕੁ ਮਿੰਟ ਹੈਗੇ ਸੀ ਬ੍ਰੇਕ ਦੇ, ਕਿਉਂ ਨਾ ਇੱਕ ਵੀਡੀਓ ਬਣਾ ਲਈਏ। ਅਤੇ ਕੱਲ੍ਹ ਲਈ ਮੈਂ ਸੋਰੀ ਹਾਂ, ਕੱਲ੍ਹ ਵੀਡੀਓ ਨਹੀਂ ਪਾ ਸਕਿਆ ਕੱਲ੍ਹ, ਕਿਉਂਕਿ ਸਾਡੀ ਬ੍ਰੇਕ ਵੀ ਲੇਟ ਹੋਈ ਆ। ਅਤੇ ਪਹਿਲੀ ਗੱਲ, ਬ੍ਰੇਕ ਹੋਈ ਨਹੀਂ, ਮਤਲਬ ਬ੍ਰੇਕ ਇੱਕ ਹੋਈ ਸੀ, ਉਹ ਵੀ ਅੱਧੇ ਘੰਟੇ ਦੀ ਬ੍ਰੇਕ ਸੀ, ਅਤੇ ਕੰਮ ਹੀ ਇੰਨਾ ਜ਼ਿਆਦਾ ਸੀਗਾ ਜਿਹਦੀ ਵਜ੍ਹਾ ਕਰਕੇ ਮੈਂ ਵੀਡੀਓ ਨਹੀਂ ਬਣਾ ਪਾਇਆ। ਅਤੇ ਕੱਲ੍ਹ ਮੈਂ ਪੂਰਾ ਟਾਇਰਡ ਵੀ ਸੀਗਾ, ਰਾਤੀ ਮੈਂ ਆਇਆ ਵੀ ਲੇਟ ਕੰਮ ਤੋਂ, ਜਿਹਦੇ ਕਰਕੇ ਮੇਰੀ ਵੀਡੀਓ ਸਕਿੱਪ ਹੋ ਗਈ। ਅਤੇ ਫਿਰ ਮੈਂ ਸੋਚਿਆ ਚਲੋ ਅੱਜ ਅਸੀਂ ਫ੍ਰੀ ਸੀਗੇ ਥੋੜ੍ਹਾ ਜਿਹਾ, ਅੱਜ ਕਿਉਂ ਨਾ ਮੈਂ ਜਾ ਕੇ ਪਹਿਲਾਂ ਵੀਡੀਓ ਦਾ ਕੰਮ ਕਰ ਹੀ ਲਵਾਂ। ਕਦੇ ਕਦੇ ਹੋ ਜਾਂਦਾ ਯਾਰ, ਕਦੇ ਕਦੇ ਐਡਜਸਟ ਕਰ ਲਿਆ ਕਰੋ। ਪਤਾ ਕੀ ਆ, ਕਈ ਵਾਰ ਕੰਮ 'ਚ ਇੰਨਾ ਬਿਜ਼ੀ ਹੋ ਜਾਈਦਾ, ਆਪਣੇ ਆਪ ਨੂੰ ਟਾਈਮ ਕੱਢਣਾ ਹੀ ਬਹੁਤ ਔਖਾ ਹੁੰਦਾ। ਹੁਣ ਕੰਮ ਦਾ ਉੱਤੇ ਇੱਕ ਹੀ ਹੋਇਆ ਕਿ ਮੇਰੇ ਨਾਲ ਵਾਲੇ ਬੰਦੇ ਨੇ ਜਵਾਬ ਦਿੱਤਾ ਕੰਮ ਤੋਂ, ਅਤੇ ਉਹ ਆਇਆ ਨਹੀਂ। ਉਹ ਫਿਰ ਸਾਰਾ ਵਰਕਲੋਡ ਸੀਗਾ ਜਿਹੜਾ ਕੰਮ 'ਤੇ, ਮੇਰੇ 'ਤੇ ਇੱਕ ਮੇਰਾ ਫਰੈਂਡ ਆ ਹੋਰ ਅਲਬਾਨੀਆ ਤੋਂ ਆ, ਉਹਦੇ 'ਤੇ ਪੈ ਗਿਆ। ਅਸੀਂ ਜਿਉਂ ਮਸ਼ੀਨ ਵਾਂਗੂ ਲੱਗੇ ਭੱਜੇ ਫਿਰਦੇ, ਕਦੀ ਉੱਧਰ ਕਦੇ ਇੱਧਰ ਕਦੇ ਉੱਧਰ। ਅਤੇ ਥੋੜ੍ਹਾ ਜਿਹਾ ਹੁਣ ਜਾ ਕੇ ਅੱਜ ਰੈਸਟ ਮਿਲੀ ਆ, ਕਿਉਂਕਿ ਅੱਜ ਦੂਜਾ ਬੰਦਾ ਆ ਗਿਆ ਸੀਗਾ, ਅਤੇ ਹੁਣ ਥੋੜ੍ਹਾ ਜਿਹਾ ਅਸੀਂ ਫ੍ਰੀ ਸੀਗੇ ਅਤੇ ਅੱਜ ਬ੍ਰੇਕ ਵੀ ਜਲਦੀ ਕਰ ਲਈ। ਅਤੇ ਚਲੋ ਠੀਕ ਆ, ਇਹ ਤਾਂ ਬਾਕੀ ਸਾਰੀਆਂ ਗੱਲਾਂ ਇੱਕ ਆਮ ਜ਼ਿੰਦਗੀ ਦੀਆਂ, ਇਹ ਤਾਂ ਹੁੰਦੀਆਂ ਹੀ ਰਹਿਣੀਆਂ। ਅਤੇ ਜਿਹੜੀ ਮੈਂ ਮੇਨ ਇੰਪੋਰਟੈਂਟ ਗੱਲ ਕਰਨਾ ਆ ਅੱਜ, ਉਹ ਹੈਗੀ ਆ ਕਿ ਤੁਸੀਂ UK ਦੇ ਵਿੱਚ ਜਦੋਂ ਆਉਂਦੇ ਹੋ ਨਾ, ਤਾਂ ਕਿਤੇ ਵੀ ਆਉਂ, ਮੈਂ ਤੁਹਾਨੂੰ ਇੱਕ ਐਡਵਾਈਸ ਦੇਊਂਗਾ, ਸਟਾਕ ਮਾਰਕੀਟ ਦੇ ਵਿੱਚ ਜ਼ਰੂਰ ਪੈਸਾ ਇਨਵੈਸਟ ਕਰੋ, ਚਾਹੇ 100 ਪਾਉਂਡ ਕਰੋ, ਚਾਹੇ ਇੰਡੀਆ ਦਾ 100 ਰੁਪਇਆ ਕਰੋ, ਠੀਕ ਹੈ, ਸਿੱਖ ਕੇ ਜ਼ਰੂਰ ਆਓ, ਕਿਉਂਕਿ ਇਹ ਇੱਕ ਸਾਈਡ ਬਿਜ਼ਨਸ ਹੋ ਜਾਂਦਾ। ਇਹ ਪੈਸਾ ਇੱਕ ਕਿਸਮਤ ਆ ਤੁਹਾਡੀ, ਕਿਸਮਤ ਇੱਥੇ ਬਹੁਤ ਕੰਮ ਕਰਦੀ ਹੈ, ਲੱਕ ਆ, ਠੀਕ ਆ। ਬਟ ਹਾਂ, ਜੇ ਜੇ ਇਸ ਚੀਜ਼ 'ਚ ਇੱਕ ਜਿਗਰਾ ਰੱਖਣਾ ਪੈਂਦਾ, ਘਾਟੇ ਖਾਣੇ ਸਿੱਖਣੇ ਪੈਂਦੇ ਇਸ ਚੀਜ਼ ਦੇ ਵਿੱਚ। ਪਹਿਲਾਂ ਘਾਟੇ ਦਾ ਸੋਚੋ, ਫਿਰ ਬੈਨੀਫਿਟ ਮਿਲੂਗਾ। ਜੇ ਆਪਾਂ ਪਹਿਲਾਂ ਬੈਨੀਫਿਟ ਦਾ ਸੋਚਦੇ ਹਾਂ, ਫਿਰ ਘਾਟਾ ਹੀ ਮਿਲਣਾ, ਕਿਉਂਕਿ ਮੈਂ ਖੁਦ ਇਨਵੈਸਟ ਕੀਤੇ ਹੋਏ ਇੱਥੇ ਆ ਕੇ, ਅਤੇ ਮੈਨੂੰ ਉਹਦਾ ਫਸਟ ਜਦੋਂ ਮੈਂ ਇਨਵੈਸਟ ਕੀਤਾ, ਮੈਨੂੰ ਕੁਛ ਨਹੀਂ ਪਤਾ ਸੀ। ਮੈਂ ਇੰਡੀਆ 'ਚ ਮਾੜਾ ਮੋਟਾ, ਮੇਰਾ ਇੱਕ ਫਰੈਂਡ ਸੀ ਕੰਮ ਕਰਦਾ ਹੁੰਦਾ ਸੀ, ਅਤੇ ਮੈਂ ਉਹਦੇ ਮਗਰ ਲੱਗ ਕੇ ਚਲੋ ਮੈਂ ਵੀ ਕਰ ਲਿਆ। ਮੈਨੂੰ ਉਦੋਂ ਇੱਕ ਵਾਰੀ ਘਾਟਾ ਪਿਆ, ਬਟ ਮੈਨੂੰ ਉਸਦਾ ਦੁੱਗਣਾ ਬੈਨੀਫਿਟ ਬਾਅਦ 'ਚ ਮੈਨੂੰ ਬਹੁਤ ਡਬਲ ਮਿਲਿਆ ਸੀਗਾ, ਜਿਹਦੇ ਨਾਲ ਮੇਰੇ ਘਾਟੇ ਵਾਧੇ ਸਾਰੇ ਪੂਰੇ ਹੋ ਗਏ ਸੀ। ਫਿਰ ਮੈਂ ਇੰਗਲੈਂਡ 'ਚ ਜਦੋਂ ਪਹੁੰਚਿਆ, ਅਤੇ ਮੈਂ ਇੱਥੇ ਦੇਖਿਆ ਵੀ ਬਹੁਤ ਜਿਹੜੇ ਸਿਆਣੇ ਬਿਆਣੇ ਜਾਂ ਪੜ੍ਹੇ ਲਿਖੇ ਲੋਕ ਆ ਨਾ, ਈਵਨ ਦੈਟ ਜਿਹੜੇ ਮੇਰੇ ਨਾਲ ਕੰਮ ਵੀ ਕਰਦੇ ਆ, ਅਰਮਾਨੀਆ ਅਲਬਾਨੀਆ ਵਾਲੇ, ਉਹਨਾਂ ਨੇ ਵੀ ਸਟੋਕ ਦੇ ਵਿੱਚ ਪੈਸਾ ਲਾਇਆ ਹੋਇਆ। ਅਤੇ ਇੱਕ ਦਿਨ ਉਹ ਵੇਖ ਰਿਹਾ ਸੀ, ਇੱਕ ਐਪਲੀਕੇਸ਼ਨ ਆ ਈਟੋਰੋ, ਅਤੇ ਉਹ ਵੇਖ ਰਹੇ ਸੀ। ਮੈਂ ਕਿਹਾ ਯਾਰ ਇੱਥੇ ਵੀ ਸਟੋਕ, ਮੈਂ ਖੁਦ ਹੈਰਾਨ ਸੀ, ਕਿਉਂਕਿ ਉਹ ਐਪਲੀਕੇਸ਼ਨ ਖੋਲ੍ਹੀ ਅਤੇ ਸਟੋਕ 'ਤੇ ਪੈਸਾ ਲਾ ਰਿਹਾ ਸੀ। ਮੈਂ ਕਿਹਾ ਯਾਰ ਕਮਾਲ ਆ ਇਹ, ਮਤਲਬ ਇਹ ਉਹਨਾਂ ਥੋੜ੍ਹਾ ਜਿਹਾ ਘੱਟ ਹੀ ਪਤਾ ਹੁੰਦਾ ਇਹਨਾਂ ਚੀਜ਼ਾਂ ਨੂੰ, ਬਟ ਫਿਰ ਵੀ ਉਹ ਇੰਟਰਸਟ ਰੱਖ ਰਹੇ ਸੀ ਇਸ ਚੀਜ਼ 'ਚ। ਅਤੇ ਮੈਂ ਉਹਨਾਂ ਨੂੰ ਪੁੱਛਿਆ ਕਿੱਦਾਂ ਕਿੱਦਾਂ, ਮੈਂ ਵੀ ਜਾ ਕੇ ਰਜਿਸਟਰ ਕੀਤਾ। ਰਜਿਸਟਰ ਕਰਨ ਤੋਂ ਬਾਅਦ ਮੈਂ ਫਿਰ ਕੀ ਕੀਤਾ ਵੀ, ਮੈਂ ਇੱਕ ਜੀਰਾ ਜਿਹਾ ਰੱਖ ਕੇ, 100 ਕੁ ਪਾਉਂਡ, ਉਹ ਤਾਂ ਬਹੁਤ ਵੱਡੀ ਅਮਾਊਂਟ ਸੀ ਮੇਰੀ, ਅਤੇ ਮੈਂ 100 ਕੁ ਪਾਉਂਡ ਲਾਤਾ ਸੀ ਅੱਜ ਤੋਂ 8 ਕੁ ਮਹੀਨੇ ਪਹਿਲਾਂ ਦੀ ਗੱਲ ਆ। ਅਤੇ ਰੱਬ ਦੀ ਮਿਹਰ ਨਾਲ ਚਲੋ ਲੱਗਣ ਸਾਰ ਹੀ ਉਹਦਾ ਜ਼ਿਆਦਾ ਨਹੀਂ, ਬਟ ਥੋੜ੍ਹਾ ਜਿਹਾ ਬੈਨੀਫਿਟ ਮਿਲਿਆ। ਬਟ ਇੰਨਾ ਵੀ ਜੇ ਮੈਂ ਉਹ ਲੌਂਗ ਟਰਮ ਦੇ ਲਈ ਰੱਖੂੰਗਾ, ਜੇ ਮੈਂ 100 ਪਾਉਂਡ ਰੱਖੂੰਗਾ, ਤਾਂ ਇਨ ਫਿਊਚਰ 'ਚ ਰੱਬ ਸੌਖ ਰੱਖੇ 4-5 ਸਾਲਾਂ ਨੂੰ ਕੀ ਪਤਾ ਉਹਦਾ 10,000 ਵੀ ਬਣ ਜੇ, ਕੀ ਪਤਾ ਉਹ ਜਾਂ 0 ਵੀ ਰਹਿ ਜੇ। ਬਟ ਇਹ ਕਿਸਮਤ ਆ, ਠੀਕ ਆ ਨਾ। 100 ਪਾਉਂਡ ਤੁਹਾਡੀ ਮੇਰੇ ਖਿਆਲ 'ਚ ਵੀਕ ਦੀ 1-2 ਦਿਨਾਂ ਦੀ ਕਮਾਈ ਆ 100 ਪਾਉਂਡ। ਬਟ ਇਹ ਚੀਜ਼ ਤੁਸੀਂ ਮਹੀਨੇ ਦੀ ਮਹੀਨੇ, ਇੱਕ ਚੀਜ਼ ਹਮੇਸ਼ਾ ਯਾਦ ਰੱਖੋ, ਜੇ ਤੁਸੀਂ ਮਹੀਨੇ ਦੀ ਮਹੀਨੇ ਆਪਦਾ 100 ਜਾਂ 150 ਪਾਉਂਡ ਵੀ ਇਸ 'ਚ ਪਾਉਂਦੇ ਰਹੋਗੇ ਨਾ, ਤਾਂ ਤੁਹਾਨੂੰ ਬੈਨੀਫਿਟ ਮਿਲੂਗਾ ਗਾਹਾਂ ਜਾ ਕੇ। ਇਹ ਤੁਹਾਨੂੰ ਚੀਜ਼ ਕੋਈ ਨਹੀਂ ਦੱਸੂਗਾ, ਠੀਕ ਆ। ਇਹ ਇੱਕ ਸਾਈਡ ਬਿਜ਼ਨਸ ਹੋ ਜਾਂਦਾ, ਇਹਦੇ ਵਿੱਚ ਤੁਸੀਂ ਕੋਈ ਫੁੱਲ ਟਾਈਮ, ਕੋਈ ਸ਼ੋਰਟ ਟਾਈਮ, ਕੋਈ ਕੁਛ ਨਹੀਂ ਗਾ। ਬਟ ਹਾਂ, ਇਹਦੇ ਵਿੱਚ ਤੁਸੀਂ ਜਦੋਂ ਮਰਜ਼ੀ ਜਦੋਂ ਮਰਜ਼ੀ ਆਪਦਾ ਕੋਈ ਵੀ ਕਿਸੇ ਟਾਈਮ ਵੀ ਇਹਨੂੰ ਪੈਸਾ ਲਾ ਸਕਦੇ ਹੋ। ਇਹਦੇ ਵਿੱਚ ਤੁਸੀਂ ਸਿਰਫ ਆਪਣਾ ਅਕਾਊਂਟ ਖੁਲਵਾਉਣਾ, ਅਕਾਊਂਟ ਖੁਲਾਉਣ ਲਈ ਵੈਰੀਫਿਕੇਸ਼ਨ ਕਰ ਦਿਓ, ਸਾਰੀ ਚੈੱਕ ਕਰਨੀ ਜੋ ਵੀ ਆ। ਮੈਂ ਜਿਹੜੀ ਐਪ ਵਰਤਦਾ ਉਹ ਹੈਗੀ ਹੈ ਈਟੋਰੋ ਐਪ, ਕਿਉਂਕਿ ਇਹ ਈਜ਼ੀ ਹੈ, ਇਹ ਦੱਸਦੀ ਹੈ, ਥੋੜ੍ਹੇ ਮੋਟੇ ਹਿੰਟ ਵੀ ਦਿੰਦੀ ਰਹਿੰਦੀ ਹੈ ਕਿ ਜਾਂ ਸਟੋਕ ਦਾ ਪ੍ਰਾਈਸ ਘੱਟ ਸਕਦਾ, ਪਰ ਇਹਨਾਂ ਦੇ ਜਿਹੜੇ ਅਨੁਮਾਨ ਜਿਹੜੇ ਉੱਤੇ ਬੈਠੇ ਹੁੰਦੇ, ਇਹਨਾਂ ਦੇ ਅਨੁਮਾਨ ਹੁੰਦੇ ਉਹ ਹੋਪ 100% 'ਚੋਂ 98% ਤਾਂ ਸਹੀ ਹੁੰਦੇ ਆ, 2% ਹੀ ਹੁੰਦੇ, ਕਦੇ ਉੱਤੇ ਥੱਲੇ ਹੋ ਜਾਂਦੇ ਆ, ਬਟ ਪੈਸਾ ਬਣ ਜਾਂਦਾ। ਮੈਂ ਹੁਣ ਲਾਏ ਹੋਏ ਆ, ਮੈਂ ਉਹਨੂੰ ਖੋਲ੍ਹ ਕੇ ਨਹੀਂ ਦੇਖਿਆ, ਮੈਂ ਨੋਟੀਫਿਕੇਸ਼ਨ ਜ਼ਰੂਰ ਚੈੱਕ ਕਰਦਾ, ਬਟ ਮੈਂ ਕਦੀ ਇਹ ਨਹੀਂ ਦੇਖਿਆ ਕਿ ਅੱਜ ਕਿੰਨੇ ਬਣ ਗਏ, ਅੱਜ ਕਿੰਨੇ ਘੱਟ ਗਏ। ਇਹ ਹੁਣ ਇੱਕ ਟਾਰਗੇਟ ਰੱਖਿਆ ਕਿ ਸਾਲ ਬਾਅਦ ਹੀ ਚੈੱਕ ਕਰਾਂਗੇ ਕਿੰਨੇ ਬਣ ਗਏ ਘੱਟ ਗਏ, ਫਿਰ ਦੇਖਾਂਗੇ ਕੀ ਬਣਦਾ। ਬਟ ਇੱਕ ਐਡਵਾਈਸ ਆ, ਜਦੋਂ UK ਆਉਂਦੇ ਹੋ ਤਾਂ ਆਪਦੀ ਅਮਾਊਂਟ ਦਾ ਕੁਛ ਕੁ ਹਿੱਸਾ ਜਿਹੜਾ ਤੁਸੀਂ ਆਪਦੇ 'ਤੇ ਖਰਚ ਕਰੋ। ਆਪਦੇ 'ਤੇ ਖਰਚ ਕਰਨ ਦਾ ਮਤਲਬ ਆਪਦੇ ਲਈ ਉਹਦੀ ਸੇਵਿੰਗ ਕਰੋ, ਅਤੇ ਆਪਦੇ ਲਈ ਕੱਢਣਾ ਸਿੱਖੋ। ਇਹ ਇੱਕ ਆਪਦੇ ਲਈ ਕੱਢ ਰਹੇ ਹਾਂ, ਮੈਂ ਹੁਣ ਆਪਦੇ ਲਈ ਕੱਢ ਰਿਹਾ, ਮੈਂ ਕੋਸ਼ਿਸ਼ ਹੁਣ ਮੇਰੀ ਇਹੀ ਆ ਕਿ ਮੈਂ ਹਰ ਮੰਥ ਦਾ 100 ਜਾਂ 200 ਪਾਉਂਡ ਆਪਦੇ ਲਈ ਕੱਢਾਂ, ਅਤੇ ਉਹਨੂੰ ਇਨਵੈਸਟ ਕਰਾਂ ਕਿਸੇ ਪਾਸੇ 'ਚ। ਬੈਨੀਫਿਟ ਬਾਅਦ, ਫਿਰ ਉਹੀ ਗੱਲ, ਬੈਨੀਫਿਟ ਬਾਅਦ ਦੀ ਗੱਲ ਆ, ਬਿਲ ਲੋਸ ਸੋਚ ਕੇ ਚੱਲੋ, ਬੈਨੀਫਿਟ ਆਪੇ ਹੋ ਜਾਊਗਾ, ਠੀਕ ਆ। ਲੋਸ ਚੱਲਣ, ਲੋਸ ਸਹਿਣ ਦੀ ਸ਼ਕਤੀ ਜਿਹਦੇ 'ਚ ਹੈਗੀ ਆ, ਉਹ ਫਿਰ ਉਹਦੇ ਤਾਂ ਵਾਰੇ ਨਿਆਰੇ ਆ, ਠੀਕ ਆ। ਜਿਹੜੇ ਬੰਦਾ ਲੋਸ ਨਹੀਂ ਸਹਿ
ਸੋ ਦੈਟਸ ਇਟ, ਇਹੀ ਸੀ ਮੇਰੀ ਵੀਡੀਓ ਕਿ ਜਦੋਂ ਤੁਸੀਂ ਯੂਕੇ ਆਉਂਦੇ ਹੋ ਆਪਦਾ ਅਕਾਊਂਟ ਜ਼ਰੂਰ ਖੋਲ੍ਹੋ, ਸ਼ੇਅਰ ਮਾਰਕੀਟ 'ਚ ਪੈਸਾ ਲਾਓ, ਪੈਸਾ ਹੈਗਾ ਇਸ ਚੀਜ਼ 'ਚ, ਲੋਸ ਵੀ ਹੈਗਾ ਪੈਸਾ ਵੀ ਹੈਗਾ, ਲੋਸ ਜ਼ਿਆਦਾ ਨਾ ਲਾਓ, ਥੋੜ੍ਹਾ ਜਿਹਾ ਲਾਓ ਜਿਹਦੇ ਨਾਲ ਤੁਹਾਨੂੰ ਲੋਸ ਹੋਵੇ ਅਤੇ ਤੁਹਾਨੂੰ ਫੇਲ ਵੀ ਨਾ ਹੋਵੇ, ਫਿਰ ਥੋੜ੍ਹਾ ਜਿਹਾ ਲਾ ਦਿਓ ਜਿਹਦੇ ਨਾਲ ਤੁਹਾਨੂੰ ਜ਼ਿਆਦਾ ਬੈਨੀਫਿਟ ਹੋ ਜਾਵੇ, ਬੈਨੀਫਿਟ ਜ਼ਿਆਦਾ ਸੋਚੋ, ਲੋਸ ਘੱਟ ਸੋਚੋ, ਠੀਕ ਆ। ਅਤੇ ਇਹੀ ਸੀ ਮੇਰੀ ਵੀਡੀਓ ਕਿ ਜਦੋਂ ਤੁਸੀਂ ਯੂਕੇ ਆਉਂਦੇ ਹੋ ਤਾਂ ਇਹ ਕੰਮ ਜ਼ਰੂਰ ਕਰੋ। ਅਤੇ ਥੈਂਕ ਯੂ, ਤੁਸੀਂ ਮੇਰੀ ਵੀਡੀਓ ਨੂੰ ਇੰਨਾ ਪਿਆਰ ਕਰਦੇ ਹੋ, ਪੁਰਾਣੀ ਵੀਡੀਓ ਨੂੰ ਬਹੁਤ ਪਿਆਰ ਕੀਤਾ ਤੁਸੀਂ, ਅਤੇ ਸੋਰੀ ਮੈਂ ਵੀਡੀਓ ਥੋੜ੍ਹੀ ਜਿਹੀ ਲੇਟ ਪਾਈ ਆ। ਅਤੇ ਬਾਕੀ ਵੈਰੀ ਸੂਨ ਗਿਵਅਵੇ ਆਉਣ ਵਾਲੇ ਆ, ਅਤੇ ਇਹ ਪੰਜਾਬੀ 'ਚ ਵੀਡੀਓ ਆਊਗੀ ਅੱਜ, ਕਿਉਂਕਿ ਮੈਨੂੰ ਪਹਿਲਾਂ ਹਿੰਦੀ ਸਾਰੀ ਪੜ੍ਹਨੀ ਪੈਂਦੀ ਹੈ, ਮੈਂ ਕੁਛ ਵਰਡ ਇੱਦਾਂ ਦੇ ਆ ਜਿਹੜੇ ਮੈਂ ਪਹਿਲਾਂ ਪੜ੍ਹਦਾ ਉਹਨੂੰ ਨੈੱਟ ਤੋਂ ਸਰਚ ਕਰਕੇ ਉਹਨੂੰ ਪੜ੍ਹਨਾ ਪੈਂਦਾ, ਮੇਰੀ ਹਿੰਦੀ ਇੱਦਾਂ ਦੀ ਆ ਨਾ। ਅਤੇ ਚਲੋ ਠੀਕ ਆ ਜੀ, ਹੁਣ ਬ੍ਰੇਕ ਵਾਲਾ ਟਾਈਮ ਹੋ ਗਿਆ ਸੀ ਖਤਮ ਮੇਰਾ, ਅਤੇ ਮੈਂ ਜਾਣਾ ਹੁਣ ਆਪਦੇ ਕੰਮਕਾਰ 'ਤੇ, ਮਿਲਦੇ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਦੇ ਲਈ ਟੇਕ ਕੇਅਰ। ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈੱਲ ਆਈਕਨ ਇੱਦਾਂ ਅਤੇ ਇੱਦਾਂ ਆਹ ਜ਼ਰੂਰ ਕਰਨਾ, ਮੇਰਾ ਸਾਰਿਆਂ ਨੂੰ ਬੇਨਤੀ ਆ, ਲਾਈਕ ਕਰ ਦਿਉ, ਫਿਰ ਆ ਬੈੱਲ ਆਈਕਨ ਜ਼ਰੂਰ ਨਾ ਭਰਿਆ ਕਰੋ ਸਬਸਕ੍ਰਾਈਬ ਕਰਕੇ, ਠੀਕ ਆ, ਤਾਂ ਹੀ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਮਿਲੂਗੀ। ਅਤੇ ਚਲੋ ਜੀ, ਫਿਊਲ ਇੱਥੇ ਯੂਕੇ 'ਚ ਪੈਟਰੋਲ ਮੁੱਕ ਗਿਆ, ਉਹ ਵੀ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ ਕੀ ਗੱਲ ਹੋ ਗਈ, ਕਿਵੇਂ ਬਣ ਗਈ, ਫਿਰ ਉਹਦੇ ਬਾਰੇ ਰੀਡ ਕਰਨਾ ਸਾਰਾ ਮੈਂ। ਅਤੇ ਚਲੋ ਠੀਕ ਆ ਜੀ, ਟੇਕ ਕੇਅਰ, ਬਾਏ ਬਾਏ, ਸਾਰਿਆਂ ਨੂੰ ਮਿਲਦੇ ਫਿਰ ਆਪਾਂ ਅਗਲੀ ਵੀਡੀਓ 'ਚ।